बड़े दिलचस्प नतीजे पंचायती चोणां च देखण नूं मिले ने। फिरोजपुर दे विच सरपंची दी बहुत ही दिलचस्प चोण होई पिंड कोठे किल्लियां दे विच, जिथे मां ते पुत एक दूजे दे आमो सामने खड़े सी ते अखीर पुत नूं हरा के मां ने यह चोण जित ली। एक दूजे दे आमो सामने खड़े सी, पिंड वासियां ने भी मां नूं सरपंच चुणिया ते पुत नूं हरा दिता। बच्चे भोला सिंह उन्हें छिड़के ने खड़ा कर दिता है तो मैं पुत्र नू नाल ला आपदे कले नाल लावन दी। बहुत राजी हाँ, मेरे नाल जुड़े, मेरे नाल रले, मैं पुत्र नू नाल लावन दा बहुत राजी हाँ। कल तो जित तो हुई हुई है, खुशी भी है, दूजे पास पुत्र की हार नू किवें लैंदे? कल पुत्र भी आ रहा, बहुत दुख है भी पुत्र अज मेरे नाल खड़ा हुंदा, अज पुत्र नाल टुरे आ, अज भरा वड्डे नाल टुरे आ, अपने सारे परिवार नाल कट्ठा टुरे आ, तो बहुत राजी हुई है, खुश हुई है। वह बच्चा अज जिहड़ी वह परिवार नाल रला, जिहड़े परिवार आपां नूं नहीं रलावन तो खुश है गए आए, रलन तो नहीं खुश है गए आए। एक पासे तुहाडे घरे ढोल वज रहे ने, दूजे पासे चुप चांद बैठा होएगा, किवें लग रहा तुहानूं? बहुत परेशान लग रही है, बहुत दुख लग रहा है। तो असीं अगे भी कट्ठे है गए सी, हुण भी असीं नाल उन कट्ठा जो काम एक मां कले ਤਾਂ ਨਿੱਜੀ ਮਨ ਮੁਟਾਵ ਦੇ ਚੱਲਦੇ ਮਾਂ ਪੁੱਤ ਨੂੰ ਇਹ ਚੋਣ ਆਮੋ ਸਾਹਮਣੇ ਲੜਨੀ ਪਈ। ਪਰ ਮਾਂ ਨੇ ਕਿਹਾ ਕਿ ਉਸਨੂੰ ਦੁੱਖ ਹੈ ਕਿ ਉਸਦਾ ਪੁੱਤ ਹਾਰ ਗਿਆ, ਪਰ ਹਲੇ ਵੀ ਮੈਂ ਇਹ ਆਸ ਕਰਦੀ ਹਾਂ ਕਿ ਅਸੀਂ ਹੁਣ ਇਕੱਠੇ ਹੋ ਕੇ ਅੱਗੇ ਕੰਮ ਕਰਾਂਗੇ। ਉੱਧਰ ਫਿਰੋਜ਼ਪੁਰ ਦੇ ਵਿੱਚ ਇੱਕ ਜੇਲ੍ਹ 'ਚ ਬੈਠਾ ਨੌਜਵਾਨ ਸਰਪੰਚ ਜਿੱਤਿਆ ਹੈ। ਪਿੰਡ ਮਧਰੇ ਦਾ ਰਵੀ ਕੁਮਾਰ ਪਹਿਲਵਾਨ ਜੇਲ੍ਹ 'ਚ ਹੈ, ਸਰਪੰਚੀ ਦੀ ਚੋਣ ਲੜੀ, 137 ਵੋਟਾਂ ਨਾਲ ਜੇਤੂ ਰਿਹਾ। ਜੇਲ੍ਹ 'ਚ ਰਹਿੰਦੇ ਹੀ ਰਵੀ ਕੁਮਾਰ ਨੇ ਨਾਮਜ਼ਦਗੀ ਭਰੀ ਸੀ। ਬੜੀ ਮਿਹਨਤ ਕਰਦੀ ਆ, ਕੁਸ਼ਤੀਆਂ ਕਰਾਉਂਦਾ ਜੀ, ਘੋੜੀਆਂ ਰੱਖੀਆਂ ਨੇ, ਬਹੁਤ ਜ਼ਿਆਦਾ ਨਸ਼ਾ ਤੋਂ ਲੋਕਾਂ ਨੂੰ ਰੱਖਿਆ ਜੀ ਮੁੰਡਿਆਂ ਨੂੰ, ਹੈ ਨਾ, ਦੋ ਖਾੜੇ ਬਣਾਏ ਨੇ, ਬਹੁਤ ਜ਼ਿਆਦਾ ਹੀ ਤਕੜਾ ਭਲਵਾਨ ਹੈ ਜੀ, ਅਤੇ ਲੋਕ ਪ੍ਰੇਮ ਕਰਦੇ ਟਿੱਡੂ ਨੇ, ਜਿੱਥਦਾ ਸਿਰ ਹੈ ਸਾਰਾ ਵਿੱਚ ਜੀ। ਤਾਂ ਕਿਵੇਂ ਦੇਖਦੇ ਹੋ ਅੱਜ ਰਵੀ ਜਿਹੜਾ ਹੈ ਜੇਲ੍ਹ 'ਚ ਬੈਠਾ, ਤਾਂ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਰਵੀ ਬਣਿਆ? ਬਿਲਕੁਲ ਬਿਲਕੁਲ, ਰਵੀ ਬਹੁਤ ਹਰਮਨ ਪਿਆਰਾ ਹੈ, ਇੱਧਰ ਦਾ ਲੜਕਾ ਜੀ, ਕੁਸ਼ਤੀਆਂ ਕਰਕੇ ਜੀ, ਇੱਕ ਥੋੜ੍ਹਾ ਜਿਹਾ ਨਾ ਸਾਹ ਦੀ ਭੇਟ ਚੜ ਗਿਆ ਜੀ, ਥੋੜ੍ਹਾ ਜਿਹਾ ਨਾ ਸਾਹ ਕਰਕੇ ਥੋੜ੍ਹਾ ਜਿਹਾ ਅਜੇ ਤਾਂ ਇੱਕੋ ਲੋਕਾਂ ਦਾ ਸੁਝੋਗ ਆ, ਲੋਕ ਪ੍ਰੇਮ ਕਰਦੇ ਜੀ। ਤਾਂ ਕੀ ਹੁਣ ਹੁਣ ਤੁਸੀਂ ਲੋਕਾਂ ਦੇ ਜਿਹੜੇ ਆ ਕਿ ਵਾਅਦੇ ਜਿਹੜੇ ਉਹਨਾਂ ਕਰਕੇ ਆਏ, ਕੀ ਉਹਦੇ 'ਤੇ ਖਰੇ ਉਤਰੋ? ਮੇਰੇ ਖਰੇ ਉਤਰਾਂਗੇ, ਤੁਹਾਨੂੰ ਅਦਾਲਤ 'ਚ ਨਾ ਨਿਆਂ 'ਤੇ ਪੂਰਾ ਭਰੋਸਾ ਜੀ, ਸਾਨੂੰ ਨਿਆਂ ਮਿਲੇਗਾ, ਬੱਚਾ ਛੇਤੀ ਬਾਹਰ ਆਏ।